ਕੱਲ ਫਿਰ ਕਪੂਰਥਲੇ ਗੁਰਦੁਆਰਾ ਸਾਹਿਬ ਦੀ ਘਟਨਾ ਹੋਈ, ਕੀ ਕਹੂੰਗੇ? ਦੇਖੋ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ, ਲੋ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ, ਡਰ ਚੱਕਿਆ ਗਿਆ। ਮੈਂ ਖੰਨੇ ਸੀ, ਸ਼ਿਵ ਮੰਦਿਰ ਵਿੱਚ ਬੇਅਦਬੀ ਹੋਈ, ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ, ਨਾ ਕੋਈ ਪੁਲਿਸ ਉੱਥੇ ਆਈ। ਉਵੇਂ ਕਪੂਰਥਲੇ ਗੁਰੂ ਘਰ 'ਚ ਵਿੱਚ ਬੇਅਦਬੀ ਹੋਈ, ਕੋਈ ਪੁੱਛਣ ਵਾਲਾ ਨਹੀਂ। ਆਹ ਸਰਕਾਰ ਤਾਂ ਐਂ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ 'ਚ। ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਦਾ। ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ, ਇਹ ਜਿਹੀਆਂ ਘਟਨਾ ਜਿਹੜੀਆਂ ਹੋ ਰਹੀਆਂ, ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ 'ਤੇ ਪੈ ਰਿਹਾ। ਅੱਜ ਦਹਿਸ਼ਤ ਦਾ ਮਾਹੌਲ ਪੰਜਾਬ 'ਚ ਹੈ, ਜੇ ਲੋਕਾਂ ਵਿੱਚ ਡਰ ਪਿਆ ਹੈ। ਸੋ ਜੇ ਇਹ ਜਿਹੀ ਹਾਲਾਤ ਰਹੀ ਤਾਂ ਪੰਜਾਬ 'ਚ ਕੌਣ ਆਊਗਾ ਇੱਥੇ ਰਹਿਣ ਵਾਸਤੇ? ਗਿੱਦੜਵਾ 1997 ਵਾਲਾ ਲੱਗਦਾ, ਫਿਰ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਅਕਾਲੀ ਦਲ ਦੀ ਜਿੰਦਗੀ ਤੋਂ ਬਾਅਦ ਲੱਗਦਾ ਗਿੱਦੜਵਾ ਤੋਂ ਜਦੋਂ ਵੀ ਗੁਰੂ ਗਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ, ਤੇ ਐਕਟੀ ਫਿਰ ਤੋਂ ਗਿੱਦੜਵਾ ਵਾਲੇ ਕਰੋਗੇ।